इस सफर की शुरुआत किवें हुई है ते किहड़े साल दे विच शुरुआत हुई किवें इस लाइन दे विच आए? तकरीबन 6-7 साल या 10 साल का हो उस वेले तो ही ना मैं गाउण का शौक कोई भी गीत आउंदा सुण ते प्ले आउंदा ते मैं उहनू बखूबी गा लैंदा सी। तुसीं ब्लाइंड हो ਵੀ ਕਿਵੇਂ ਜਿਹੜਾ ਸ਼ਬਦ ਨੂੰ ਉਹਨੂੰ ਯਾਦ ਕਰ ਲੈਂਦੇ ਹੋ? ਕੋਈ ਤੁਹਾਡੇ ਵਰਗਾ ਕਿਸੇ ਸਿੰਘ ਨੂੰ ਕੋਲ ਬਿਠਾ ਲੈਣਾ ਬਈ ਆ ਮੈਨੂੰ ਯਾਦ ਕਰਾ, ਉਹਨੇ ਯਾਦ ਕਰਾਉਣਾ। ਅਤੇ ਅੱਜ ਵੀ ਮੈਂ ਜੇ ਕੋਈ ਚੀਜ਼ ਯਾਦ ਕਰਾਂ ਤਾਂ 10 ਕੁ ਮਿੰਟ ਲੱਗਦੇ ਨੇ। ਕੀ ਹੈ ਕਿ ਸ਼ੁਰੂ ਤੋਂ ਹੀ ਤੁਸੀਂ ਬਲਾਇੰਡ ਹੋ? ਮੈਂ ਜਿਹੜਾ ਸ਼ੁਰੂ ਤੋਂ ਬਲਾਇੰਡ ਨਹੀਂ। ਅੱਛਾ ਜੀ। ਅਤੇ ਉਦੋਂ ਟਾਈਫਾਇਡ ਬੁਖਾਰ ਹੋਇਆ ਜੀ, ਉਹ ਨਿਕਲਣ ਕਰਕੇ ਨਾ ਅੱਖਾਂ 'ਤੇ ਆ ਗਈ ਸੋਜ ਬਹੁਤ ਜ਼ਿਆਦਾ। ਅਤੇ ਉਹ ਜਦੋਂ ਤੱਕ ਡਾਕਟਰ ਕੋਲ ਗਏ ਉਹਨੇ ਜਦੋਂ ਅੱਖਾਂ ਖੋਲੀਆਂ ਨਾ ਉਹ ਖਰਾਬ ਹੋ ਗਈ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੜ੍ਹਦੀ ਕਲਾ ਟਾਕਸ ਤੁਹਾਡਾ ਸਵਾਗਤ ਹੈ। ਅੱਜ ਅਸੀਂ ਚੜ੍ਹਦੀ ਕਲਾ ਟਾਕਸ ਦੇ ਵਿੱਚ ਉਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਜਿਹਨਾਂ ਨੂੰ ਕਿ ਸੰਗਤਾਂ ਜਿਹੜੀਆਂ ਨੇ ਬਹੁਤ ਪਿਆਰ ਦਿੰਦੀਆਂ ਨੇ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਜਾਗੀ ਭਾਈ ਲਖਵਿੰਦਰ ਸਿੰਘ ਜੀ, ਜੋ ਕਿ ਵਿਸ਼ੇਸ਼ ਤੌਰ 'ਤੇ ਪਟਿਆਲਾ ਵਿਖੇ ਪਹੁੰਚੇ ਹੋਏ ਨੇ। ਥੋੜ੍ਹਾ ਜੀਵਨੀ ਬਾਰੇ ਵੀ ਗੱਲਬਾਤ ਕਰਾਂਗੇ ਅਤੇ ਨਾਲ ਹੀ ਜਿਹੜਾ ਉਹਨਾਂ ਵੱਲੋਂ ਸੰਗੀਤ ਅਕੈਡਮੀ ਚਲਾਈ ਜਾ ਰਹੀ ਹੈ, ਜਿਹਨਾਂ ਦੇ ਵਿੱਚ ਖਾਸ ਤੌਰ 'ਤੇ ਅਜਿਹੇ ਬੱਚੇ ਨੇ ਜੋ ਕਿ ਬਲਾਈਂਡ ਨੇ ਜਾਂ ਫਿਰ ਜਿਹਨਾਂ ਦਾ ਕੋਈ ਸਹਾਰਾ ਨਹੀਂ ਹੈ, ਉਹਨਾਂ ਦਾ ਸਹਾਰਾ ਬਣ ਕੇ ਜਿਹੜਾ ਉਹ ਲਗਾਤਾਰ ਜਿਹੜੀ ਹੈ ਸੇਵਾ ਕਰ ਰਹੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਥੋੜ੍ਹੀ ਜੀ ਆਪਣੇ ਇਤਿਹਾਸ ਬਾਰੇ ਥੋੜ੍ਹੇ ਜਾਣਨਾ ਪਾਓ ਵੀ ਤੁਹਾਡੀ ਜਿਹੜੀ ਹੈ ਇਸ ਸਫ਼ਰ ਦੀ ਸ਼ੁਰੂਆਤ ਕਿਵੇਂ ਹੋਈ ਹੈ ਅਤੇ ਕਿਹੜੇ ਸਾਲ ਦੇ ਵਿੱਚ ਸ਼ੁਰੂਆਤ ਹੋਈ, ਕਿਵੇਂ ਇਸ ਲਾਈਨ ਦੇ ਵਿੱਚ ਆਏ? ਸ਼ੁਰੂਆਤ ਤਕਰੀਬਨ ਮੇਰਾ ਜਿਹੜਾ ਜਨਮ ਹੈ ਪਿਛੋਕੜ ਜਿਹੜਾ ਉਹ ਇੱਕ ਸਧਾਰਨ ਪਿੰਡ ਦਾ ਜੀ, ਜੀ ਰਾਜਸਥਾਨ ਦੇ ਕੋਲ ਪਿੰਡ ਹੈ ਜ਼ਿਲ੍ਹਾ ਗੰਗਾ ਨਗਰ 'ਚ ਜੀ। ਅਤੇ ਉਹ ਉੱਥੇ ਦਾ ਮੇਰਾ ਹੈਗਾ ਜਨਮ। ਅਤੇ ਉਹ ਫਿਰ ਪਿਛੋਕੜ ਵਿੱਚ ਤਕਰੀਬਨ ਇਹ ਸ਼ੌਕ ਮੈਨੂੰ ਸ਼ੁਰੂ ਤੋਂ ਹੀ ਹੋ ਗਿਆ, ਜਦੋਂ ਮੈਂ ਕੋਈ ਤਕਰੀਬਨ 6-7 ਸਾਲ ਜਾਂ 10 ਸਾਲ ਦਾ ਹੋਵਾਂਗਾ। ਅਤੇ ਉਸ ਵੇਲੇ ਤੋਂ ਹੀ ਨਾ ਮੈਨੂੰ ਗਾਉਣ ਦਾ ਸ਼ੌਕ, ਅਤੇ ਆਮ ਕੋਈ ਵੀ ਚੀਜ਼ ਜਦੋਂ ਪਿੰਡਾਂ ਵਿੱਚ ਜਦੋਂ ਇਹ ਸਾਊਂਡ ਚੱਲਦਾ, ਕੋਈ ਵੀ ਗੀਤ ਆਉਂਦਾ ਜਾਂ ਗੀਤ ਉੱਥੇ ਸਾਊਂਡ 'ਤੇ ਪਲੇ ਆਉਂਦਾ ਤਾਂ ਮੈਂ ਉਹਨੂੰ ਬਖੂਬੀ ਗਾ ਲੈਂਦਾ ਸੀ ਜੀ, ਹੈ ਨਾ, ਉਸੇ ਤਰ੍ਹਾਂ ਗਾਣਾ ਜੀ। ਇਕੱਲੇ ਕਈ ਵਾਰੀ ਛੋਟੀ ਉਮਰ ਸੀ, ਕਈ ਵਾਰੀ ਦਰਖਤਾਂ 'ਤੇ ਚੜ੍ਹ ਕੇ ਵੀ ਗਾਣਾ ਜੀ, ਹੈ ਇਸ ਤਰ੍ਹਾਂ ਇਸੇ ਤਰ੍ਹਾਂ ਸ਼ੌਕ ਕਰਦਿਆਂ ਕਰਦਿਆਂ ਅਤੇ ਸ਼ੌਕ ਹੋ ਗਿਆ। ਅਤੇ ਫਿਰ ਮੈਂ ਜਿਹੜੇ ਉਸ ਵੇਲੇ ਦੇ ਕੀਰਤਨੀਏ ਸੀ ਉਹਨਾਂ ਨੂੰ ਵੀ ਸੁਣਨਾ ਸ਼ੁਰੂ ਕੀਤਾ ਜੀ। ਜਲੰਧਰ ਰੇਡੀਓ ਸਟੇਸ਼ਨ ਤੋਂ ਚੱਲਦਾ ਸੀ ਗੁਰਬਾਣੀ ਵਿਚਾਰ ਆਮ ਉਸ ਵੇਲੇ ਜੀ। ਅਤੇ ਉਹਦੇ ਵਿੱਚ ਉਹ ਸਵੇਰ ਦੇ ਟਾਈਮ 'ਤੇ ਵੀ ਮੈਂ ਬਾਕਾਇਦਾ ਉਹਨੂੰ ਸੁਣਨਾ, ਉੱਥੇ ਕੀਰਤਨ ਭਜਨ ਸ਼ਬਦ ਜੋ ਵੀ ਆਉਣਾ ਸਾਰਾ ਮੈਂ ਉਹਨੂੰ ਗਾ ਲੈਂਦਾ। ਬਚਪਨ ਦਾ ਦੌਰ ਕਿਹੜਾ ਸੀ ਜਦੋਂ ਤੁਸੀਂ ਸਭ ਤੋਂ ਪਹਿਲਾਂ ਜਾਂ ਕੋਈ ਸ਼ਬਦ ਜਾਂ ਕੋਈ ਗਾਣਾ ਉਸ ਧੁਨਾਂ ਦੇ ਵਿੱਚ ਗਾਇਆ ਸੀ? ਉਹ ਗਾਣਾ ਮੈਂ ਕੋਈ ਵੀ ਮਤਲਬ ਗੀਤ ਜਿਹੜੇ ਉਸ ਵੇਲੇ ਦੇ ਚੱਲਦੇ ਸੀ ਜੀ, ਜਿਹੜੇ ਸਿੰਗਰਾਂ ਦੇ ਗੀਤ ਸਿੰਗਰ ਗਾਉਂਦੇ ਸੀ ਉਹ ਮੈਂ ਗੀਤ ਗਾ ਲੈਂਦਾ ਸੀ ਬਕਾਇਦਾ ਉਹ, ਔਰ ਉੱਚੀ ਆਵਾਜ਼ ਵਿੱਚ ਗਾਣਾ, ਇਹ ਨਹੀਂ ਵੇਖਣਾ ਮੇਰੇ ਕੋਲ ਕੋਈ ਹੈ ਸੁਣਦਾ ਜਾਂ ਨਹੀਂ। ਪਰ ਉਸ ਵੇਲੇ ਵੀ ਆਸ ਪਾਸ ਦੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਦੁਪਹਿਰ ਵੇਲੇ ਉਹਨਾਂ ਵੀ ਆ ਕੇ ਥੱਲੇ ਬੈਠ ਜਾਣਾ ਕਈ ਵਾਰੀ, ਅਤੇ ਉੱਥੇ ਉਹ ਉੱਚੀ ਉੱਚੀ ਗਾਉਣਾ, ਅਤੇ ਉਸ ਤਰ੍ਹਾਂ ਬਸ ਇੱਕ ਜਿਵੇਂ ਬੱਚਿਆਂ ਦਾ ਆਪਣਾ ਰੁਝਾਨ ਹੁੰਦਾ। ਤੁਸੀਂ ਕਿਹਾ ਵੀ ਉਸ ਦਰਖਤ ਦੇ ਉੱਪਰ ਗਾਇਆ, ਹਾਂਜੀ, ਧਾਰਮਿਕ ਖੇਤਰ, ਧਾਰਮਿਕ ਖੇਤਰ ਵਿੱਚ ਫਿਰ ਇਸ ਤਰ੍ਹਾਂ ਹੋਇਆ ਜੀ ਬਈ ਜਿਹੜੇ ਉਸ ਵੇਲੇ ਦੇ ਆਪਣੇ ਕੀਰਤਨੀਏ ਸੀ ਉਹਨਾਂ ਨੂੰ ਸੁਣਿਆ ਜੀ, ਭਾਈ ਸੁਰਜਨ ਸਿੰਘ ਹੋਰਾਂ ਨੂੰ ਬਹੁਤ ਅੱਛੀ ਤਰ੍ਹਾਂ ਸੁਣਿਆ ਮੈਂ। ਅਤੇ ਖੈਰ ਇੱਕ ਅੱਧੀ ਵਾਰ ਉਹਨਾਂ ਨਾਲ ਮੇਲ ਵੀ ਹੋਇਆ, ਪਰ ਤਕਰੀਬਨ ਭਾਈ ਗੋਪਾਲ ਸਿੰਘ ਜੀ ਇਹਨਾਂ ਨੂੰ ਸੁਣਿਆ, ਬਹੁਤ ਅੱਛੀ ਵਾਰ ਤਰ੍ਹਾਂ ਮਤਲਬ ਛੋਟੀ ਉਮਰ ਸੀ ਉਦੋਂ ਇੰਨਾ ਧਿਆਨ ਨਹੀਂ ਸੀ ਹੈ, ਪਰ ਇਹਨਾਂ ਨੂੰ ਸੁਣਨ ਕਰਕੇ ਹੀ ਇੱਕ ਦਿਮਾਗ ਵਿੱਚ ਆ ਗਈ ਗੱਲ ਬਈ ਇਸ ਲਾਈਨ ਵਿੱਚ ਹੀ ਜਾਣਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਕੀਰਤਨ ਗਾਇਆ
ਉਹ ਸਮਾਂ ਕਦੋਂ ਕਦੋਂ ਸੀ? ਸ਼ੁਰੂ ਚ ਪਹਿਲਾਂ ਕੀਰਤਨ ਦੀ ਜਦੋਂ ਸ਼ੁਰੂਆਤ ਨਹੀਂ ਸੀ ਉਦੋਂ ਮੈਂ ਕੋਈ ਵੀ ਗੀਤ ਕੋਈ ਵੀ ਚੀਜ਼ ਗਾ ਲੈਂਦਾ ਸੀ। ਫਿਰ ਮੈਂ ਕੀਰਤਨ ਸਿੱਖਣਾ ਸ਼ੁਰੂ ਕੀਤਾ ਜੀ ਤਕਰੀਬਨ 1983 ਦੇ ਵਿੱਚ ਜੀ। ਤੇ ਕੀਰਤਨ ਸ਼ੁਰੂ ਕੀਤਾ ਇੱਕ ਪੰਡਿਤ ਜੀ ਹੋਰਾਂ ਕੋਲੋਂ ਪਠਾਨਕੋਟ। ਓਕੇ। ਉਸਲੇ ਜਦੋਂ ਸ਼ੁਰੂ ਕੀਤਾ ਤੇ ਉਹਨੂੰ ਪੰਡਿਤ ਜੀ ਰਾਗਾਂ ਦੇ ਬੜੇ ਅੱਛੇ ਉਹਨਾਂ ਨੂੰ ਜਾਣਕਾਰੀ ਸੀ ਪਰ ਉਹਨਾਂ ਨੂੰ ਗੁਰਬਾਣੀ ਬਾਰੇ ਨੌਲੇਜ ਨਹੀਂ ਸੀ। ਫਿਰ ਮੈਨੂੰ ਉਹਨਾਂ ਨੇ ਇਹ ਕਹਿਣਾ ਵੀ ਤੂੰ ਕਾਕਾ ਸ਼ਬਦ ਕੋਈ ਯਾਦ ਕਰਕੇ ਆ ਤੇ ਮੈਂ ਤੈਨੂੰ ਉਸ ਬੰਦਿਸ਼ ਉਸ ਸ਼ਬਦ ਦੀ ਬਣਾ ਕੇ ਦੇਵਾਂ ਤੇ ਉਹ ਫਿਰ ਮੈਂ ਸਟੇਜ 'ਤੇ ਗਾਉਣਾ। ਲੋਕਲ ਗੁਰਦੁਆਰਾ ਅੱਜ ਵੀ ਗੁਰੂ ਘਰ ਹੈ ਨੇ ਉਹ ਗੁਰਦੁਆਰਾ ਸਿੰਘਪੁਰਾ ਮੁਹੱਲਾ ਵਿਖੇ। ਉੱਥੇ ਮੈਂ ਸ਼ਾਮ ਨੂੰ ਤਕਰੀਬਨ ਮੈਨੂੰ ਉਹਨਾਂ ਡਿਊਟੀ ਦੇ ਦਿੱਤੀ ਉਹ ਰੋਜ਼ ਹੀ ਮੇਰਾ ਉੱਥੇ ਸ਼ਾਮ ਨੂੰ ਸ਼ਬਦ ਪੜ੍ਹਨਾ ਕੀਰਤਨ ਕਰਨਾ। ਓਕੇ। ਫਿਰ ਦਰਬਾਰ ਸਾਹਿਬ ਕਿਸ ਸਾਲ ਦੇ ਵਿੱਚ ਪਹਿਲਾਂ ਕੀਰਤਨ ਕੀਤਾ? ਉਹ ਸਮਾਂ ਕਿਹੜਾ ਸੀ ਜਦੋਂ? ਨਹੀਂ ਉਹ ਸਮਾਂ ਇਸ ਤਰ੍ਹਾਂ ਸੀ ਜੀ ਫਿਰ ਉੱਥੇ ਕੀਰਤਨ ਕਰਦੇ ਹਾਂ ਨਾ ਤੇ ਮੁੜ ਕੇ ਮੈਂ ਪ੍ਰੋਫੈਸਰ ਸਾਹਿਬ ਕੋਲ ਇੱਕ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਸੀ ਜੀ ਗੁਰਮਤ ਕਾਲਜ ਇੱਥੋਂ ਪਟਿਆਲੇ ਤੋਂ ਰਿਟਾਇਰ। ਤੇ ਉਸ ਵੇਲੇ ਮੈਂ ਉੱਥੋਂ ਪਠਾਨਕੋਟ ਤੋਂ ਗੁਨਿਆਣਾ ਮੰਡੀ ਸੰਤਾਂ ਕੋਲ ਚਲਾ ਗਿਆ ਜਦੋਂ ਸੇਵਾ ਪੰਥੀ ਮਹਾਂਪੁਰਖ ਉਹਨਾਂ ਕੋਲ ਗਿਆ ਤੇ ਉੱਥੇ ਇਹ ਸੇਵਾ ਕਰ ਰਹੇ ਸੀ ਸਿਖਵਾ ਰਹੇ ਸੀ ਵਿਦਿਆਰਥੀਆਂ ਨੂੰ ਤੇ ਇਹਨਾਂ ਕੋਲੋਂ ਮੈਂ ਸਿੱਖਿਆ ਪ੍ਰਾਪਤ ਕੀਤੀ ਜੀ। ਲਗਾਤਾਰ 2 ਸਾਲ ਉੱਥੇ ਰਹਿ ਕੇ ਕੀਰਤਨ ਦੀ ਗੁਰਬਾਣੀ ਦੀ ਗੁਰਬਾਣੀ ਯਾਦ ਕਰਨ ਦੀ ਮਹਾਂਪੁਰਖ ਆਪ ਯਾਦ ਕਰਵਾ ਦਿੰਦੇ ਸੀ ਜਿਹੜੇ ਅੱਜ ਕੱਲ੍ਹ ਮਹੰਤ ਕਾਹਨ ਸਿੰਘ ਜੀ। ਉਸ ਵੇਲੇ 13-14 ਸਾਲ ਦੀ ਉਮਰ ਵਿੱਚ ਉਦੋਂ ਮੈਂ ਉੱਥੇ ਕੀਰਤਨ ਸਿੱਖਿਆ। ਜਦੋਂ ਕੀਰਤਨ ਕੀਤਾ ਹਾਂਜੀ ਤਾਂ ਉਸ ਤੋਂ ਬਾਅਦ ਮਨ ਦੇ ਵਿੱਚ ਕੀ ਲੱਗਿਆ ਵੀ ਹਾਂ ਹੁਣ ਮਨ ਦੇ ਵਿੱਚ ਇਹ ਸੀ ਸ਼ੁਰੂ ਤੋਂ ਹੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਜਾਣਾ ਹੈ। ਮਨ ਵਿੱਚ ਇਹ ਸੀ ਸ਼ੁਰੂ ਤੋਂ ਮੇਰਾ ਕਈ ਵਾਰੀ ਸੰਪਰਕ ਵੀ ਹੋਇਆ ਤੇ ਉੱਥੋਂ ਮੈਂ ਜਦੋਂ ਫਿਰ ਤਕਰੀਬਨ 1990 ਦੇ ਵਿੱਚ ਇੱਥੇ ਆ ਗਿਆ ਪਟਿਆਲੇ ਜੀ ਤੇ ਬਠਿੰਡੇ ਤੋਂ ਪਟਿਆਲੇ ਆ ਕੇ ਸੇਵਾ ਸ਼ੁਰੂ ਕੀਤੀ ਔਰ ਇਹ ਮੈਨੂੰ ਮਿਲੇ ਆਪਣਾ ਜਿਹੜੇ ਮੇਰੇ ਨਾਲ ਹੁਣ ਇਸ ਵੇਲੇ ਅਕੈਡਮੀ ਦੀ ਸੇਵਾ ਵਿੱਚ ਨੇ ਭਾਈ ਜੋਗਿੰਦਰ ਸਿੰਘ ਹੋਰੀ ਜੀ ਤੇ ਇੱਕ ਸਾਡੇ ਭਾਈ ਸਾਹਿਬ ਹੋਰ ਸੀ ਭਾਈ ਬਲਕਾਰ ਸਿੰਘ ਜੀ। ਅੱਛਾ ਜੀ। ਉਹ ਵੀ ਬਲਾਇੰਡ ਸੀ ਤੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ। ਉਹ ਮੇਰੇ ਨਾਲ ਬੜਾ ਉਹ ਵੀ ਬੜਾ ਪਿਆਰ ਕਰਦੇ ਤੇ ਉਹਨਾਂ ਨੇ ਕਹਿਣਾ ਵੀ ਇੱਥੇ ਰਹਿ ਇਹ ਇੱਥੇ ਸੇਵਾ ਵੀ ਪਹਿਲੀ ਵਾਰ ਉਹਨਾਂ ਨੇ ਮੈਨੂੰ ਕਰਾਇਆ ਤੇ ਇੱਥੇ ਮੈਂ ਸੇਵਾ ਸ਼ੁਰੂ ਕਰ ਦਿੱਤੀ ਜੀ ਲਗਾਤਾਰ 10 ਮਹੀਨੇ ਇੱਥੇ ਸੇਵਾ ਕਰਦਿਆਂ ਹੀ ਫਿਰ ਤੇ ਉੱਥੇ ਦੁੱਖ ਨਿਵਾਰਨ ਸਾਹਿਬ ਕੀਰਤਨ ਦੀ ਹਾਜ਼ਰੀ ਰਹੀ ਉੱਥੇ ਹਾਜ਼ਰੀ ਭਰੀ। ਉਹ ਪ੍ਰਧਾਨ ਸਾਹਿਬ ਨਾਲ ਇੱਕ ਦਿਨ ਗੱਲਬਾਤ ਹੋਈ ਮੈਂ ਇਹਨਾਂ ਨੂੰ ਲੈ ਕੇ ਭਾਈ ਜੋਗਿੰਦਰ ਸਿੰਘ ਹੋਰਾਂ ਨੂੰ ਉਹ ਇਹ ਨਾਲ ਲੈ ਕੇ ਮੈਨੂੰ ਉਹਨਾਂ ਕੋਲ ਚਲੇ ਗਏ। ਉਹ ਕਹਿਣ ਲੱਗੇ ਵੀ ਫਤਿਹਗੜ੍ਹ ਸਾਹਿਬ ਤੁਹਾਨੂੰ ਹਾਜ਼ਰੀ ਦੇਣੀ ਹੈ ਉੱਥੇ ਜਾਓ ਜੀ। ਤੇ ਮੈਂ ਉਹਨਾਂ ਨੂੰ ਕਿਹਾ ਮੈਂ ਜੀ ਮੈਂ ਪਟਿਆਲੇ ਮੇਰਾ ਇੱਥੇ ਦਿਲ ਲੱਗਦਾ ਜੀ ਤੇ ਇੱਥੇ ਹੀ ਕਰ ਦਿਓ ਕਿਰਪਾ। ਕਹਿੰਦੇ ਨਹੀਂ ਉੱਥੇ ਲੋੜ ਹੈ ਫਿਰ ਲੈ ਆਵਾਂਗੇ ਕਹਿੰਦੇ ਇੱਥੇ ਪਰ ਫਿਲਹਾਲ ਉੱਥੇ ਹਾਜ਼ਰੀ। ਤੇ ਤਕਰੀਬਨ 10-12 ਸਾਲ ਫਤਿਹਗੜ੍ਹ ਸਾਹਿਬ ਕੀਰਤਨ ਦੀ ਸੇਵਾ ਮੇਰੀ ਰਹੀ ਹੈ ਤੇ ਦਰਬਾਰ ਸਾਹਿਬ ਫਿਰ 2006 ਦੇ ਅੰਦਰ ਮੈਂ ਇੱਥੋਂ ਤਬਦੀਲ ਹੋ ਕੇ ਦਰਬਾਰ ਸਾਹਿਬ ਗਿਆ। ਤੇ ਤੁਸੀਂ ਬਲਾਇੰਡ ਦੀ ਗੱਲ ਕੀਤੀ ਕਹੋਗੇ ਸੰਗਤਾਂ ਨਾਲ ਬੜੀਆਂ ਜਿਹੜੀਆਂ ਅਕਸਰ ਹੀ ਪੁੱਛਦੀਆਂ ਨੇ ਵੀ ਤੁਸੀਂ ਬਲਾਇੰਡ ਹੋ ਵੀ ਕਿਵੇਂ ਜਿਹੜਾ ਸ਼ਬਦ ਨੂੰ ਉਹਨੂੰ ਯਾਦ ਕਰ ਲੈਂਦੇ ਹੋ ਕਿਉਂਕਿ ਬਹੁਤ ਸ਼ਬਦ ਜਿਹੜੇ ਤੁਹਾਡੇ ਜਿਹੜੇ ਨੇ ਗਾਏ ਹੋਏ ਨੇ ਜਾਂ ਸੰਗਤਾਂ ਜਿਹੜੀਆਂ ਪਿਆਰ ਦਿੰਦੀਆਂ ਨੇ ਸਤਿਕਾਰ ਦਿੰਦੀਆਂ ਨੇ ਫਿਰ ਉਹ ਕਿਵੇਂ ਪਹਿਲਾਂ ਯਾਦ ਕਰਦੇ ਹੋ ਜਾਂ ਕੀ ਪ੍ਰੋਸੈਸ ਕੀ ਹੁੰਦਾ ਉਹਦਾ? ਹਾਂਜੀ ਯਾਦ ਹੁਣ ਤਾਂ ਕਰਨਾ ਬੜਾ ਸੌਖਾ ਜੀ ਮੋਬਾਈਲ ਦਾ ਤੁਹਾਡੇ ਕੋਲ ਹੈਗਾ ਯੁੱਗ ਹੈ ਸਾਰਾ ਕੁਛ ਹੈ ਪਰ ਉਸ ਵੇਲੇ ਜਦੋਂ ਅਸੀਂ ਯਾਦ ਕੀਤਾ ਨਾ ਜੀ ਉਦੋਂ ਸਿਰਫ ਇੱਕ ਟੇਪ ਰਿਕਾਰਡ ਹੁੰਦੀ ਸੀ। ਅੱਛਾ ਜੀ। ਉਹਨੂੰ ਪਿੱਛੇ ਉਹਨੂੰ ਮੋੜ ਮੋੜ ਕੇ ਦੁਬਾਰਾ ਸ਼ਬਦ ਸੁਣ ਸੁਣ ਕੇ ਯਾਦ ਕਰਨਾ। ਓਕੇ। ਤੇ ਜਾਂ ਕੋਈ ਤੁਹਾਡੇ ਵਰਗਾ ਕਿਸੇ ਸਿੰਘ ਨੂੰ ਕੋਲ ਬਿਠਾ ਲੈਣਾ ਬਈ ਆ ਮੈਨੂੰ ਯਾਦ ਕਰਾ ਉਹਨੇ ਯਾਦ ਕਰਾਉਣਾ ਜਾਂ ਜਿਵੇਂ ਬਾਹਰ ਚਲੇ ਗਏ ਕਿਤੇ ਸੈਰ ਵਾਸਤੇ ਜਾਂ ਕਿਤੇ ਤੇ ਨਾਲ ਗੱਲਾਂ ਬਾਤਾਂ ਨਹੀਂ ਕਰਨੀਆਂ ਉਦੋਂ ਸਾਡਾ ਰੁਝਾਨ ਹੁੰਦਾ ਸੀ ਬਈ ਸ਼ਬਦ ਯਾਦ ਕਰੀਏ। ਸਾਡਾ ਉਸਤਾਦ ਕਹਿੰਦੇ ਹੁੰਦੇ ਸੀ ਬਈ ਜੇ ਤੁਸੀਂ ਇੱਕ ਸ਼ਬਦ ਵੀ ਰੋਜ਼ ਦਾ ਯਾਦ ਕਰੋ ਨਾ ਤੇ ਮਹੀਨੇ ਦਾ ਹਿਸਾਬ ਲਾਓ 30 ਦਿਨਾਂ 'ਚ 30 ਸ਼ਬਦ ਹੋ ਜਾਣਗੇ ਤੁਹਾਡੇ ਇਸ ਤਰ੍ਹਾਂ ਤੁਸੀਂ ਯਾਦ ਕਰੋ। ਉਹ ਰੂਟੀਨ ਬਣੀ ਉਦੋਂ ਦੀ ਤੇ ਅੱਜ ਵੀ ਮੈਂ ਜੇ ਕੋਈ ਚੀਜ਼ ਯਾਦ ਕਰਾਂ
ਤੇ 10 ਕੁ ਮਿੰਟ ਲੱਗਦੇ ਨੇ ਯਾਦ ਹੋ ਜਾਂਦੇ। ਉਹ ਯਾਦ ਕਰਨ ਦਾ ਤਰੀਕਾ ਇਹ ਹੈ ਵੀ ਜਿਵੇਂ ਆਪਾਂ ਕਹਿੰਦੇ ਹਾਂ ਰੱਟਾ ਲਾਉਣਾ, ਕਿਸੇ ਚੀਜ਼ ਨੂੰ ਰੱਟਾ ਲਾ ਲੈਣਾ, ਵਾਰ ਵਾਰ ਬੋਲਣਾ, ਵਾਰ ਵਾਰ ਉਹ ਵਾਰ ਵਾਰ ਪੜ੍ਹਦਿਆਂ ਪੜ੍ਹਦਿਆਂ ਤੁਹਾਡੇ ਦਿਮਾਗ 'ਚ ਆ ਜਾਏ। ਇੱਕ ਸਿੰਘ ਸਾਹਿਬ ਥੋੜ੍ਹਾ ਜਿਹਾ ਪਰਸਨਲੀ ਆਪਾਂ ਜਾਣਦੇ ਹਾਂ, ਬਲਾਇੰਡ ਦੀ ਥੋੜ੍ਹੀ ਗੱਲ ਕੀਤੀ ਹੈ ਕਿ ਸ਼ੁਰੂ ਤੋਂ ਹੀ ਤੁਸੀਂ ਬਲਾਇੰਡ ਹੋ ਜਾਂ ਫਿਰ ਕੀ ਪਰਿਵਾਰ ਪਿੱਛੋਂ ਜਾਂ ਕੀ ਆਪਰੇਸ਼ਨ ਦਾ ਕਾਰਨ ਕੀ ਸੀ? ਇਹ ਬਹੁਤ ਵਧੀਆ ਅਮਰਜੀਤ ਸਿੰਘ ਜੀ ਤੁਸੀਂ ਇਹ ਸਵਾਲ ਕੀਤਾ ਤੇ ਹੁਣ ਮੈਂ ਇਹ ਤੁਹਾਨੂੰ ਦੱਸ ਦੇਵਾਂ ਵੀ ਮੈਂ ਜਿਹੜਾ ਸ਼ੁਰੂ ਤੋਂ ਬਲਾਇੰਡ ਨਹੀਂ। ਅੱਛਾ ਜੀ। ਮੈਂ ਤਕਰੀਬਨ 1.5 ਸਾਲ ਦੀ ਮੇਰੀ ਉਮਰ ਸੀ ਜਦੋਂ ਜਿਹੜੇ ਮੇਰੇ ਭੈਣਾਂ ਭਰਾ ਮਾਂ ਪਿਓ ਦੱਸਦੇ ਨੇ ਮੈਨੂੰ ਕੋਈ ਯਾਦ ਨਹੀਂ। 1.5 ਸਾਲ ਦੀ ਉਮਰ ਸੀ ਤੇ ਉਦੋਂ ਟਾਈਫਾਇਡ ਬੁਖਾਰ ਹੋਇਆ ਜੀ। ਇੱਕ ਜਿਹੜੀ ਛੋਟੀ ਮਾਤਾ ਨਿਕਲਦੀ ਜਿਹਨੂੰ ਚਿਕਨ ਪੋਕਸ ਕਹਿੰਦੇ ਨੇ ਜੀ ਜੀ, ਉਹ ਨਿਕਲਣ ਕਰਕੇ ਨਾ ਅੱਖਾਂ 'ਤੇ ਆ ਗਈ ਸੋਜ ਬਹੁਤ ਜ਼ਿਆਦਾ। ਅਤੇ ਪਿੰਡਾਂ ਦਾ ਉਦੋਂ ਰੁਝਾਨ, ਪਿੰਡਾਂ ਦਾ ਹਿਸਾਬ ਕਿਤਾਬ ਸੀ ਅਤੇ ਪਿੰਡਾਂ ਵਿੱਚ ਫਿਰ ਵਹਿਮ ਵੀ ਥੋੜ੍ਹੇ ਜਿਹੇ ਵਹਿਮ ਭਰਮ ਜ਼ਿਆਦਾ ਹੁੰਦੇ ਨੇ ਅਤੇ ਇਹਨੂੰ ਬਾਹਰ ਨਾ ਕੱਢੋ ਜੀ, ਇੰਜ ਹੋ ਜਾਣਾ, ਇੰਜ ਹੋ ਜਾਣਾ, ਹੈ ਨਾ। ਅਤੇ ਉਹ ਜਦੋਂ ਤੱਕ ਡਾਕਟਰ ਕੋਲ ਗਏ, ਗੰਗਾਨਗਰ ਡਾਕਟਰ ਸੀ, ਉੱਥੇ ਲੈ ਕੇ ਗਏ ਤੇ ਉਹਨੇ ਜਦੋਂ ਅੱਖਾਂ ਖੋਲੀਆਂ ਨਾ ਤੇ ਉਹ ਖਰਾਬ ਹੋ ਗਈਆਂ। ਉਹ ਕਹਿੰਦਾ ਵੀ ਤੁਸੀਂ ਪਾਣੀ ਦੇ ਛੱਟੇ ਹੀ ਮਾਰ ਦਿੰਦੇ ਅੱਖਾਂ ਖੋਲ ਕੇ ਤੇ ਬਚਾਅ ਹੋ ਸਕਦਾ ਸੀ, ਪਰ ਉਹਨੇ ਖਤਮ ਹੋ ਗਈਆਂ ਨੇ ਅੱਖਾਂ। ਹੁਣ ਚਲੋ ਬਾਅਦ 'ਚ ਆਪਰੇਸ਼ਨ ਕਰਕੇ ਦੇਖਾਂਗੇ ਜੇ ਹੋ ਸਕਿਆ ਤੇ, ਪਰ ਕੀਤਾ ਉਹਨਾਂ ਪਰ ਨਹੀਂ ਗੱਲ। ਆਪਰੇਸ਼ਨ ਹੋਇਆ ਸੀ ਮਤਲਬ? ਹਾਂ, ਦੋ ਆਪਰੇਸ਼ਨ, 4-5 ਹੋਏ ਜੀ। ਓਕੇ, ਠੀਕ ਹੈ। ਇੱਥੇ ਪਟਿਆਲੇ ਵੀ ਹੋਏ ਡਾਕਟਰ ਧਨਵੰਤ ਸਿੰਘ ਹੋਰਾਂ ਕੋਲ, ਸਨ 80 ਦੇ ਵਿੱਚ ਮੈਂ ਇੱਥੇ ਦਾਖਲ ਸੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜੀ। ਇਹ ਕਿਵੇਂ ਜਿਹੜਾ ਇੰਨਾ ਫੇਮਸ ਸ਼ਬਦ ਕਿਵੇਂ ਹੋਇਆ ਕਿ ਤੁਸੀਂ ਜਿਹੜਾ ਉਸ ਨੂੰ ਰਿਕਾਰਡ ਕਰਵਾਇਆ ਸੀ ਜਾਂ ਫਿਰ ਸੰਗਤਾਂ ਨੇ ਤੁਹਾਨੂੰ ਕਿਹਾ ਵੀ ਜੇ ਰਿਕਾਰਡ ਕਰਾਓ? ਇਹ ਇੱਕੋ ਦਮ ਇੰਨਾ ਫੇਮਸ ਹੋਣਾ ਕਿਉਂਕਿ ਜਿਹੜਾ ਵੀ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਇਹ ਸ਼ਬਦ ਜਦ ਤੱਕ ਨਾ ਗਾਇਆ ਜਾਵੇ ਸੰਗਤਾਂ ਕਹਿੰਦੇ ਵੀ ਹਾਲ ਸਵਾਦ ਜਿਹਾ ਨਹੀਂ ਆਇਆ, ਕੀਰਤਨ ਪੂਰਾ ਨਹੀਂ ਹੋਇਆ ਕਹਿੰਦੇ। ਇਹ ਕਿਵੇਂ ਕਿਵੇਂ ਸਬਬ ਕਿਵੇਂ ਬਣਿਆ ਇਹ? ਹਾਂਜੀ, ਉਹ ਇਸ ਤਰ੍ਹਾਂ ਜੀ, ਇਹ ਮੈਂ ਤੁਹਾਨੂੰ ਜਿਵੇਂ ਦੱਸਿਆ ਨਾ 10-12 ਸਾਲ ਮੈਂ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਡਿਊਟੀ ਕੀਤੀ ਹੈ ਅਤੇ ਇਹ ਜਿਹੜਾ ਸ਼ਬਦ ਤੁਸੀਂ ਸੋ ਸਤਿਗੁਰ ਪਿਆਰਾ ਇਹ ਪੜ੍ਹਿਆ ਹੀ ਦਰਬਾਰ ਸਾਹਿਬ ਹੈ ਪਹਿਲੀ ਵਾਰ ਜਾ ਕੇ। ਅੱਛਾ ਜੀ। ਜਦੋਂ ਮੈਂ ਇੱਥੋਂ ਤਬਦੀਲ ਹੋ ਕੇ ਗਿਆ ਦਰਬਾਰ ਸਾਹਿਬ, ਪਹਿਲਾ ਮਹੀਨਾ ਕਿ ਮੇਰੀ ਡਿਊਟੀ ਬਾਬਾ ਦੀਪ ਸਿੰਘ ਦੇ ਰਹੀ ਸ਼ਹੀਦਾਂ, ਅਤੇ ਉਸ ਤੋਂ ਬਾਅਦ ਜਦੋਂ ਮੇਰੀ ਦਰਬਾਰ ਸਾਹਿਬ ਗਈ ਸਵੇਰੇ ਬਿਲਾਵਲ ਦੀ ਚੌਂਕੀ ਮੈਨੂੰ ਦਿੱਤੀ ਉਹਨਾਂ ਅਤੇ ਉਹਦੇ ਵਿੱਚ ਮੈਂ ਇਹ ਸ਼ਬਦ ਗਾਇਆ ਸੀ ਜੀ। ਉਸ ਤੋਂ ਬਾਅਦ ਫਿਰ ਇੰਨਾ ਕੁ ਪਿਆਰ ਸੰਗਤ ਵੱਲੋਂ ਮਿਲਿਆ ਵੀ ਇਹ ਸ਼ਬਦ ਜਿੰਨਾ ਚਿਰ ਗਾਈਏ ਨਾ ਸਟੇਜ 'ਤੇ ਨਾ ਪੜਿਆ ਜਾਏ, ਉਹ ਕਹਿੰਦੇ ਕੀਰਤਨ ਦੀ ਚੌਂਕੀ ਪੂਰੀ ਨਹੀਂ ਹੋਈ। ਠੀਕ ਹੈ। ਅਤੇ ਹੁਣ ਆਪਾਂ ਥੋੜ੍ਹਾ ਇਹਨਾਂ ਜਿਹੜਾ ਪਟਿਆਲਾ ਦੇ ਵਿੱਚ ਗੱਲ ਕੀਤੀ ਜਾਵੇ, ਤੁਸੀਂ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਸੰਗੀਤ ਪਰਿਵਾਰ ਜਿਹੜੀ ਅਕੈਡਮੀ ਖੋਲ੍ਹੀ ਹੋਈ ਹੈ, ਹਾਂਜੀ, ਅਤੇ ਇਹ ਸਬੱਬ ਕਿਵੇਂ ਬਣਿਆ ਵੀ ਅਕੈਡਮੀ ਖੋਲ੍ਹਣੀ ਹੈ? ਅਜੇ ਬੱਚੇ ਜਿਹੜੇ ਨੇ ਤੁਸੀਂ ਲੈ ਕੇ ਆਏ ਹੋ ਜਿਹਨਾਂ ਦਾ ਜਿਹੜਾ ਪਰਿਵਾਰ ਦਾ ਕੋਈ ਜਿਹੜਾ ਪਰਿਵਾਰ ਦਾ ਜਿਹੜਾ ਕੋਈ ਜੀ ਨਹੀਂ ਹੈ ਜਾਂ ਕਹਿ ਸਕਦੇ ਹਾਂ, ਉਹਨਾਂ ਦਾ ਤੁਸੀਂ ਸਹਾਰਾ ਬਣੇ ਹੋ, ਇਹ ਕਿਵੇਂ ਸਾਰੇ ਬੱਚੇ ਲੱਭੇ, ਦਿਮਾਗ ਦੇ ਵਿੱਚ ਕਿਵੇਂ ਆਇਆ ਵੀ ਜਿਹੜੀ ਇਹ ਸੰਗੀਤ ਅਕੈਡਮੀ ਚਲਾਉਣੀ ਹੈ? ਹਾਂਜੀ, ਇਹ ਇਸ ਤਰ੍ਹਾਂ ਹੋਇਆ ਜੀ, ਜਦੋਂ ਇੱਕ ਵਾਰ ਮੈਂ ਉੱਥੇ ਸਿੱਖਦਿਆਂ ਸਿੱਖਦੇ ਨਾ ਕੀਰਤਨ, ਕਈ ਬੱਚੇ ਸਾਡੇ ਕੋਲ ਆਉਂਦੇ ਸੀ ਉਦੋਂ ਵੀ ਉੱਥੇ ਗੁਨਿਆਣਾ ਮੰਡੀ ਵੀ ਸੰਤਾਂ ਨਾਲ ਸੰਪਰਕ ਹੋਣਾ ਉਹਨਾਂ ਦਾ, ਅਤੇ ਕਈ ਬੱਚੇ ਬਲਾਇੰਡ ਵੀ ਆਉਣੇ ਅਤੇ ਜਿਨ੍ਹਾਂ ਦਾ ਕੋਈ ਮਤਲਬ ਰੁਝਾਨ ਕੀਰਤਨ ਵੱਲ ਤਾਂ ਸੀ ਪਰ ਮਾਂ ਪਿਓ ਨੇ ਉਹਨਾਂ ਦੇ ਕੇਸ ਕੱਟ ਦੇਣੇ, ਜਾਂ ਉਦੋਂ ਵੀ ਅਸੀਂ ਕਹਿਣਾ ਵੀ ਨਹੀਂ ਬਈ ਇਹਨੂੰ ਤੁਸੀਂ ਇਹ ਕੀ ਜੇ ਕੀਰਤਨ ਵਿੱਚ ਪਾਉਣਾ ਆਪਾਂ ਅਤੇ ਇਹਦਾ ਜਿਹੜੇ ਸਿੱਖੀ ਸਰੂਪ ਵਿੱਚ ਲਿਆਓ। ਕਿਵੇਂ ਸੰਪਰਕ ਹੋਇਆ, ਕਿਵੇਂ ਜਿਹੜੇ ਸਾਰੇ ਇਹਨੂੰ ਇੱਕ ਜਿਹੜਾ ਛੱਤ ਦੇ ਉੱਪਰ ਇਕੱਠੇ ਕੀਤਾ ਉਹਨਾਂ ਨੂੰ? ਹਾਂਜੀ, ਬੱਚਿਆਂ ਦੇ ਨਾਲ ਫਿਰ ਇਸ ਤਰ੍ਹਾਂ ਹੀ ਜਦੋਂ ਹੋਂਦ ਵਿੱਚ ਆਈ ਨਾ ਅਕੈਡਮੀ, ਤਕਰੀਬਨ 2017 'ਚ ਇਹ ਸ਼ੁਰੂ ਕੀਤੀ ਸੀ ਅਤੇ ਮੈਂ ਇੱਕ ਵਾਰ ਉੱਥੇ ਗਏ ਅਸੀਂ ਆਪਣਾ ਕਿਹੜਾ ਉਹ ਬਾਹਰਲੇ ਦੇਸ਼ ਦੀ ਗੱਲ ਹੈ, ਫਰਾਂਸ। ਅੱਛਾ ਜੀ। ਫਰਾਂਸ ਗਏ ਤਾਂ ਉੱਥੇ ਨਾਨਕਸਰ ਵਾਲੇ ਮਹਾਂਪੁਰਖ ਵੀ ਗਏ ਸੀ, ਬਾਬਾ ਭਜਨ ਸਿੰਘ ਜੀ ਜਿਹੜੇ ਹੁਣ ਨਹੀਂ ਹੈਗੇ। ਅੱਛਾ ਜੀ। ਅਤੇ ਉਦੋਂ ਉੱਥੇ ਠਹਿਰੇ ਸੀ, ਇਹਨਾਂ ਨਾਲ ਗੱਲਬਾਤ ਮੇਰੀ ਹੋਈ ਅਤੇ ਮੈਂ ਕਿਹਾ ਜੀ ਕੋਈ ਜਗ੍ਹਾ ਦੱਸੋ ਵੀ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਅਕੈਡਮੀ ਅਸੀਂ, ਅਤੇ ਉਹ ਕਹਿੰਦੇ ਮੇਰੇ ਕੋਲ ਡੇਰਾ ਉੱਥੇ ਪਟਿਆਲੇ, ਉੱਥੇ ਸ਼ੁਰੂ ਕਰੋ। ਅੱਛਾ ਜੀ। ਖੈਰ ਉਦੋਂ ਚਲੋ ਇੱਥੇ ਆ ਕੇ ਮੈਂ ਫਿਰ ਵਾਪਸ ਆ ਗਿਆ, ਇਹ ਵੀ ਕਾਫੀ ਦਿਨਾਂ ਬਾਅਦ ਵਾਪਸ ਆਏ, ਇਹਨਾਂ ਆ ਕੇ ਮੈਨੂੰ ਫੋਨ ਕੀਤਾ ਵੀ ਇੱਦਾਂ ਇੱਦਾਂ ਆਪਾਂ ਗੱਲ ਕੀਤੀ ਸੀ ਅਤੇ ਕਿ ਵਿਚਾਰ ਹੈ। ਮੈਂ ਵਿਚਾਰ ਤਾਂ ਹੈ ਅਤੇ ਮੈਂ ਇਹਨਾਂ ਨਾਲ ਗੱਲ ਕੀਤੀ, ਭਾਈ ਜੋਗਿੰਦਰ ਸਿੰਘ ਹੋਰਾਂ ਨਾਲ, ਕੁਲਵਿੰਦਰਪਾਲ ਸਿੰਘ ਜੀ, ਇਹਨਾਂ ਨਾਲ ਮੈਂ ਜੇ ਤੁਸੀਂ ਸਹਿਯੋਗ ਕਰੋ ਤਾਂ ਆਪਾਂ ਇਹ ਕੰਮ ਜ਼ਰੂਰ ਕਰੀਏ। ਇਹਨਾਂ ਨੇ ਕਹਿ ਦਿੱਤਾ ਵੀ ਹਾਂ ਅਸੀਂ ਨਾਲ ਹਾਂ,
शुरू करो जी। ते खैर इन्हां नूं लै के ते फिर असीं उत्थे गए संतां कोल, उन्होंने उदो जगह दे दित्ती उत्थे सानूं ते खोलण वास्ते। बाद च नहीं गल बनी, वो गल वखरी है, मुड़ के असीं इत्थे आ गए, पर उसले उन्होंने खलवा दित्ती। तकरीबन 2 साल उत्थे अकैडमी चलती रही है ते इस वेले हुण इत्थे है जी। ते आउण वाले समय च गुरु कृपा करनगे होर संस्थावां ने की सहयोग दिंदियां ने पूरा कि नहीं। श्रोमणी कमेटी दा अजे तक कोई सहयोग असीं लिया भी नहीं है ते हुण इरादा है भी किते प्रधान साहब नूं मिलिया जाए, उन्हां नूं इह लिख के दिता जाए भी इहदा इहनूं सहयोग होना चाहीदा। की किस तरह दी चाहुंदे हो कि इहनां वास्ते अकैडमी खोली जावे, की की मन दे विच की चाह है? किस तरह मतलब मैं वह अकैडमी इस तरह की जे इत्थे बच्चे सीखणगे, सीख के कल नूं अपनी अपने गुरु घरां दी ਵਿੱਚ ਸੇਵਾਵਾਂ 'ਚ ਜਾਣਗੇ, ਵੱਧ ਤੋਂ ਵੱਧ ਸੇਵਾ। ਅਸੀਂ ਤਾਂ ਇਹ ਕਹਾਂਗੇ ਜਿਹੜੇ ਨੇਤਰਹੀਣ ਇੱਥੇ ਸਿੱਖਦੇ ਨੇ ਜਾਂ ਕੋਈ ਬੱਚਾ ਅੱਛਾ ਕੀਰਤਨੀਆ ਇੱਥੇ ਬਣਦਾ ਹੈ ਤਾਂ ਸਾਡਾ ਪਹਿਲੀ ਕੋਸ਼ਿਸ਼ ਇਹੀ ਹੋਏਗੀ ਕਿ ਜਿਵੇਂ ਸ਼੍ਰੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਜਿਹੜੇ ਗੁਰੂ ਘਰ ਨੇ ਉੱਥੇ ਭੇਜਿਆ ਜਾਏ। ਪਹਿਲੀ ਕੋਸ਼ਿਸ਼ ਸਾਡੀ ਇਹੀ ਹੈ ਸਿੰਘ ਜੀ, ਥੋੜ੍ਹਾ ਆਪਣੇ ਨਾਲ, ਕਿਉਂਕਿ ਸਾਨੂੰ ਅਸੀਂ ਸ਼ੁਰੂ ਤੋਂ ਹੀ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਰਿਹਾ ਜੀ। ਸ਼੍ਰੋਮਣੀ ਕਮੇਟੀ ਨੇ ਬੜਾ ਸਹਿਯੋਗ ਕੀਤਾ ਔਰ ਹਰ ਥਾਂ ਤੇ ਉਹ ਨਾਲ ਰਹੇ ਨੇ ਤੇ ਉਹਨਾਂ ਦੇ ਪ੍ਰਬੰਧ ਵਿੱਚ ਹੀ ਪਹਿਲਾਂ ਸਾਡਾ ਪਹਿਲੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਵੀ ਬੱਚੇ ਸਿਖਾ ਕੇ ਉੱਥੇ ਭੇਜੀਏ ਤੇ ਫਿਰ ਵੱਖ ਵੱਖ ਗੁਰੂ ਘਰਾਂ ਵਿੱਚ ਸਤਿਗੁਰ ਕਿਰਪਾ ਕਰਨ ਤੇ ਜ਼ਰੂਰ ਜਾਣਗੇ। ਤੇ ਹੁਣ ਫਿਰ ਕਿਵੇਂ ਚੱਲ ਰਿਹਾ ਬੱਚਿਆਂ ਦਾ, ਕਿਉਂਕਿ ਖਾਣਾ ਪੀਣਾ ਰਹਿਣਾ ਸਹਿਣਾ ਉਹ ਵੀ ਖਰਚਾ ਵੀ ਬੜਾ ਹੁੰਦਾ ਹੈ, ਪੜ੍ਹਾਈ ਲਿਖਾਈ ਹੁੰਦੀ ਹੈ। ਕਈ ਗੁਰੂ ਘਰ ਨੇ ਜਿਹਨਾਂ ਵੱਲੋਂ ਰਾਸ਼ਨ ਵੀ ਦੀ ਸੇਵਾ ਵੀ ਆ ਜਾਂਦੀ ਹੈ ਤੇ ਉਹ ਫਿਰ ਜਿਵੇਂ ਦਿੱਲੀ ਆਪਣੇ ਗੁਰੂ ਘਰ ਹੈ ਜਾਂ ਲੁਧਿਆਣੇ, ਇਹਨਾਂ ਗੁਰੂ ਘਰਾਂ ਵਿੱਚੋਂ ਆ ਜਾਂਦੀ ਕਈ ਵਾਰ ਸੇਵਾ, ਉਹ ਭੇਜ ਦਿੰਦੇ ਨੇ ਰਾਸ਼ਨ ਜਿਹੜਾ ਵੱਧਦਾ ਉਹ ਬੱਚਿਆਂ ਤੇ ਖਰਚ ਕੀਤਾ ਜਾਂਦਾ, ਨਹੀਂ ਤੇ ਫਿਰ ਜੋ ਸੰਗਤ ਵੱਲੋਂ ਸੇਵਾ ਹੁੰਦੀ ਹੈ ਉਸ ਨਾਲ ਕੀਤਾ ਸਹਿਯੋਗ ਚੱਲਦਾ। ਠੀਕ ਹੈ ਤੇ ਸਿੰਘ ਸਾਹਿਬ, ਅੱਜ ਦੀ ਗੱਲ ਕਰਦੇ ਹਾਂ, ਜੇਕਰ ਆਪਾਂ ਰਾਗੀਆਂ ਦੀ ਗੱਲ ਕੀਤੀ ਜਾਵੇ, ਜਿਹੜੇ ਰਾਗੀ ਦੇ ਪਰਿਵਾਰ ਦੇ ਬੱਚੇ ਨੇ ਨਾ ਉਹ ਇਸ ਲਾਈਨ ਦੇ ਵਿੱਚ ਨਹੀਂ ਆ ਰਹੇ, ਕੀ ਕਾਰਨ ਕੀ ਸਮਝਦੇ ਹੋ? ਵੀ ਪੈਸਾ ਨਹੀਂ ਹੈਗਾ, ਜਾਂ ਫਿਰ ਜਿਹੜੇ ਪ੍ਰਾਈਵੇਟ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਸੇਵਾ ਕਰਦੇ ਨੇ ਜਾਂ ਉਹਨਾਂ ਨੂੰ ਇੰਨੀ ਤਨਖਾਹ ਨਹੀਂ ਮਿਲ ਰਹੀ, ਕੀ ਸਮਝਦੇ? ਕਿਉਂਕਿ ਕਾਰਨ ਕੀ ਹੈ? ਕਿਉਂਕਿ ਆਪਾਂ ਜੇਕਰ ਰਾਗੀ ਦੇ ਬੱਚੇ ਨੂੰ ਪੁੱਛਦੇ ਹਾਂ ਨਾ ਤੂੰ ਰਾਗੀ ਬਣਨਾ, ਕਹਿੰਦਾ ਨਾ, ਕਹਿੰਦਾ ਨਾ ਮੇਰੇ ਪਾਪਾ ਹੈਗੇ ਨੇ, ਮੈਂ ਨਹੀਂ ਬਣਨਾ, ਸਾਡੇ ਤਾਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਕੀ ਕਾਰਨ ਕੀ ਸਮਝੋ? ਵੀ ਕਿਹੋ ਜਿਹਾ ਉਪਰਾਲੇ ਕਰਨੇ ਚਾਹੀਦੇ ਨੇ ਵੀ ਖਾਸ ਤੌਰ ਜਿਹੜੇ ਰਾਗੀ ਦੇ ਬੱਚੇ ਨੇ ਉਹ ਤਾਂ ਰਾਗੀ ਬਣ ਸਕਣ? ਕਾਰਨ ਇਸ ਤਰ੍ਹਾਂ ਹੀ ਹੈ ਜੀ, ਗੱਲ ਇਹ ਹੈ ਵੀ ਰਲ ਮਿਲ ਕੇ ਹੀ ਕੰਮ ਹੋਣਾ ਜੀ। ਇਹ ਜਿਹੜੇ ਤੁਸੀਂ ਸਵਾਲ ਕੀਤਾ ਨਾ, ਇਹ ਜਿਵੇਂ ਆਪਾਂ ਲੋਕਲ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਹਾਡੇ ਰਾਹੀਂ ਇਹ ਜਿਹੜਾ ਅਸੀਂ ਉਪਰਾਲਾ ਕਰਦੇ ਹਾਂ ਕਿ ਆਪਾਂ ਗੁਰੂ ਕੇ ਕੀਰਤਨੀਏ ਨੇ ਜਾਂ ਗੁਰੂ ਕੇ ਗ੍ਰੰਥੀ ਨੇ, ਆਪਾਂ ਵਜ਼ੀਰ ਕਹਿਣ ਮਾਤਰ ਤੇ ਵਜ਼ੀਰ ਕਹਿੰਦੇ ਹਾਂ, ਪਰ ਉਹਨਾਂ ਨੂੰ ਵਜ਼ੀਰ ਵਾਲੀ ਗੱਲਬਾਤ ਵੀ ਉਹਨਾਂ ਨੂੰ ਰੱਖਣੀ ਚਾਹੀਦੀ ਹੈ, ਉਹਨਾਂ ਦਾ ਸਤਿਕਾਰ ਬਰਾਬਰ ਰਵੇ। ਅਤੇ ਜੇ ਆਪਾਂ ਉਹਨਾਂ ਨੂੰ ਸੰਭਾਲਾਂਗੇ ਤੇ ਉਹਨਾਂ ਦਾ ਵੀ ਨਾਲ, ਮੈਂ ਦੋਵਾਂ ਪਾਸੇ ਕਹਾਂਗਾ, ਜਿਹੜੇ ਗੁਰੂ ਕੇ ਕੀਰਤਨੀਏ ਨੇ ਜਾਂ ਗੁਰੂ ਕੇ ਗ੍ਰੰਥੀ ਨੇ, ਉਹਨਾਂ ਨੂੰ ਵੀ ਇਹ ਬੇਨਤੀ ਹੈ ਵੀ ਉਹ ਜੇ ਪਿੰਡ ਵਿੱਚ ਵੀ ਉਹ ਸੇਵਾ ਕਰ ਰਹੇ ਨੇ ਤੇ ਪਿੰਡ ਵਾਲੇ ਉਹਨਾਂ ਨੂੰ ਸੰਭਾਲਦੇ ਨੇ, ਔਖੇ ਸੌਖੇ ਸਮੇਂ ਵੇਲੇ ਉਹਨਾਂ ਦੀ ਸਾਰ ਲੈਂਦੇ ਨੇ, ਤੇ ਉਹਨਾਂ ਨੂੰ ਵੀ ਚਾਹੀਦਾ ਕਿ ਪਿੰਡ ਦੇ ਬੱਚਿਆਂ ਨੂੰ ਇਕੱਤਰ ਕਰਕੇ ਪੜ੍ਹਾਉਣ, ਉਹਨਾਂ ਦੀ ਸੰਥਿਆ ਕਰਾਉਣ ਗੁਰਬਾਣੀ ਦੀ, ਜਾਂ ਜੋ ਵੀ ਸੇਵਾ ਉਹ ਕਰ ਸਕਦੇ ਨੇ ਉਹ ਕਰਨੀ ਚਾਹੀਦੀ। ਤੇ ਇਹ ਰਲ ਮਿਲ ਕੇ ਹੋਣਾ ਕੰਮ, ਤੇ ਬਾਕੀ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਹੈ ਭਾਈ, ਇਹ ਕੋਈ ਨੌਕਰ ਨਹੀਂ, ਇਹ ਗੁਰੂ ਜਿਹੜੇ ਤੁਹਾਡੇ ਸੇਵਾਦਾਰ ਨੇ ਜਾਂ ਇਹ ਗੁਰੂ ਕੇ ਵਜ਼ੀਰ ਆਪਾਂ ਕਹਿੰਦੇ ਹਾਂ, ਇਹਨਾਂ ਨੂੰ ਸੱਚਮੁੱਚ ਵਜ਼ੀਰ ਦੀ ਤਰ੍ਹਾਂ ਇਹਨਾਂ ਦਾ ਸਤਿਕਾਰ ਕਰੀਏ ਤੇ ਤਾਂ ਇਹ ਆਪਣਾ ਜਿਹੜਾ ਇਹ ਕੰਮ ਹੈ ਉਹ ਠੀਕ ਹੋਣਾ। ਤੇ ਸਿੰਘ ਸਾਹਿਬ, ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ, ਜਿਹੜੇ ਰਾਗੀ ਸਿੰਘ ਨੇ, ਮੈਂ ਸਾਰੇ ਰਾਗੀਆਂ ਦੀ ਗੱਲ ਨਹੀਂ ਕਰੂੰਗਾ, ਕੁਛ ਪ੍ਰਚਾਰਕ ਵੀ ਨੇ ਜਿਹੜਾ ਗਾਣਿਆਂ ਦੀ ਧੁਨਾਂ ਦੇ ਉੱਪਰ ਜਿਹੜੇ ਨੇ ਸ਼ਬਦ ਗਾ ਰਹੇ ਨੇ, ਕੀ ਗਾਣਿਆਂ ਦੀ ਧੁਨਾਂ ਦੇ ਉੱਪਰ ਸ਼ਬਦ ਗਾਣਾ ਕੀ ਜਾਇਜ਼ ਹੈ, ਜਾਂ ਮਰਿਆਦਾ ਦੇ ਅਨੁਸਾਰ ਦੇ ਨਾਲ ਕਿਹੜੀ ਜਿਹੜਾ ਰੂਪ ਦੇ ਵਿੱਚ ਜਾਂ ਫਿਰ ਸੰਗੀਤ ਦੇ ਵਿੱਚ ਜਿਹੜਾ ਉਹ ਸ਼ਬਦ ਗਾਣਾ ਚਾਹੀਦਾ? ਪਤਾ ਕੀ ਹੈ, ਸੰਗੀਤ ਜਿਹੜਾ ਨਾ, ਸੰਗੀਤ ਦੀਆਂ ਸੁਰਾਂ 7 ਨੇ ਤੇ ਇਹ ਸਾਰਾ ਸੰਗੀਤ ਇਹਨਾਂ ਵਿੱਚ ਹੀ ਹੈ।
है ना। ते संगीत जिहड़ा उह हो सकदा कोई पर गल तां रुझान दी नहीं हो सकदा, कई वारी कोई गाने दी उहनां नूं किसी नूं कोई आ गलबात लग जाए भी इह गीत है, वैसे यतन करीदा यतन होना करना करीदा भी गाने दी तर्ज ना आवे, पर कौन संगीत है कई वारी कोई अगे पिछे सुर हो भी सकदी है ते उहदे विच कोई एडी उह गल नहीं है। जे आपां संगीत विच गीत गा रहे हां ते उह गल रहिंदा, पर जे आपां गुरबाणी गा रहे हां ते उहनूं उह गीत नाल नहीं जोड़ना, गुरबाणी दा इक अपना हो सकदा जे संगीत आ रल सकदा। पर मैं बेनती इह करांगा वी तुसीं वधिया कीर्तन सुनो, गुरु का शब्द सुनो, गुरु नाल जुड़ो, आप भी जुड़ो, परिवारां नूं भी जोड़ो, ते इही साडी ਇੱਥੇ ਆਇਆ ਸਾਡਾ ਸਫ਼ਰ। ਸਿੰਘ ਸਾਹਿਬ ਤੁਹਾਨੂੰ ਵੀ ਆਉਂਦੇ ਨੇ ਫੋਨ ਫੂਨ ਵੀ? ਹਾਂ ਵੀ ਮਾਇਆ ਦੀ ਪੇਟਾ ਥੋੜੀ ਘੱਟ ਕਰ ਆਉਂਦੇ ਆ ਜੀ, ਆਉਂਦੇ ਕਈ ਆਉਂਦੇ, ਫਿਰ ਕਰ ਲੈਣੋ ਕੰਪਰੋਮਾਈਜ਼, ਕਰ ਲੈਣੋ ਕਿ ਨਹੀਂ ਵੀ ਹਾਂ ਕੋਈ ਗੱਲ ਨਹੀਂ ਚਲੋ ਆਉਣਾ ਹੈ ਕੋਈ ਗੱਲ ਨਹੀਂ। ਵੇਖੋ ਗੱਲ ਇਹ ਹੈ ਕੰਪਰੋਮਾਈਜ਼ ਤਾਂ ਇਹ ਹੁੰਦਾ ਵੀ ਕਈ ਲੋਕ ਕਈ ਜਿਹੜੇ ਨੇ ਉਹ ਵਾਕਈ ਇਸ ਯੋਗ ਹੁੰਦੇ ਨੇ, ਕਈ ਜਾਣ ਕੇ ਕਹਿਣਗੇ ਵੀ ਅਸੀਂ ਸਾਡੇ ਕੋਲ ਘੱਟ ਕਰੋ ਜੀ, ਤੇ ਮੈਂ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਯਤਨ ਕਰਨਾ ਚਾਹੀਦਾ ਕਿ ਕੀਰਤਨੀਆਂ ਦਾ ਸਤਿਕਾਰ ਕੀਤਾ ਜਾਵੇ, ਗੁਰੂ ਕੇ ਗ੍ਰੰਥੀ ਸਿੰਘਾਂ ਦਾ ਸਤਿਕਾਰ ਕੀਤਾ ਜਾਵੇ, ਗੁਰੂ ਕੇ ਸੇਵਾਦਾਰਾਂ ਦਾ ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦਾ ਸਤਿਕਾਰ ਕੀਤਾ ਜਾਵੇ, ਨਾ ਕਿ ਉਹ ਉਹਨਾਂ ਨੂੰ ਆਪਾਂ ਭਿਖਾਰੀ ਬਣਾ ਕੇ ਰੱਖੀਏ, ਉਹ ਗੱਲ ਗਲਤ ਹੈ। ਅਤੇ ਮੇਰਾ ਲਾਸਟ ਸਵਾਲ ਹੈ, ਜਿਹੜੀ ਤੁਸੀਂ ਸੰਗੀਤ ਅਕੈਡਮੀ ਖੋਲ੍ਹੀ ਹੋਈ ਹੈ, ਤੁਸੀਂ ਆਪ ਜਿਹੜੀ ਸੰਥਿਆ ਦਿੰਦੇ ਹੋ ਜਾਂ ਫਿਰ ਹੋਰ ਰਾਗੀ ਸਾਹਿਬਾਨ ਜਿਹੜੇ ਦਰਬਾਰ ਸਾਹਿਬ ਦੇ ਨੇ ਜਾਂ ਫਿਰ ਲੋਕਲ ਰਾਗੀ ਸਾਹਿਬਾਨ ਨੇ ਜਾਂ ਉਹ ਆਉਂਦੇ ਨੇ? ਇੱਥੋਂ ਸ਼ਹਿਰ ਦੇ ਹੀ ਸਿੰਘ ਨੇ ਜਿਹੜਾ ਉਹ ਸੰਥਿਆ ਕਰਾਉਂਦੇ ਨੇ। ਅੱਛਾ, ਤੇ ਮੇਰੇ ਕੋਲ ਤਾਂ ਮੈਂ ਤੁਹਾਨੂੰ ਦੱਸਾਂ ਟਾਈਮ ਨਹੀਂ ਹੁੰਦਾ ਕਿਉਂਕਿ ਕਦੇ ਕਦੇ ਤਾਂ ਸੰਗਤਾਂ ਦੀ ਸੇਵਾ ਹੁੰਦੀ। ਹਾਂ, ਮੈਂ ਸੁਣ ਲੈਂਦਾ ਕਈ ਵਾਰੀ, ਤੇ ਉਦਾਂ ਸੇਵਾ ਬੜੀ ਸੇਵਾਵਾਂ ਵੱਖ ਵੱਖ ਜਗ੍ਹਾ ਜਾਣਾ ਪੈਂਦਾ, ਤੇ ਬਾਕੀ ਸੁਣ ਲਈਦਾ। ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸੰਗਤ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਇਹ ਬੱਚੇ ਤੁਹਾਡੇ ਨੇ, ਤੇ ਇਹਨਾਂ ਬੱਚਿਆਂ ਦੀ ਸਾਰ ਲਿਆ ਕਰੋ, ਆਪ ਆਓ ਇੱਥੇ। ਭਾਈ ਜੋਗਿੰਦਰ ਸਿੰਘ ਜੀ ਤਕਰੀਬਨ ਇਹ ਇਹਨਾਂ ਦਾ ਘਰ ਵੀ ਹੈ ਪਰ ਘਰ ਨਹੀਂ ਜਾਂਦੇ, ਇਹ ਇੱਥੇ ਬੱਚਿਆਂ ਕੋਲ ਹੀ ਰਹਿੰਦੇ ਨੇ, ਇਹ ਸੇਵਾ ਕਰਦੇ ਨੇ, ਅਤੇ ਇਸ ਵਾਸਤੇ ਇਹਨਾਂ ਇੱਥੇ ਆਓ, ਇਹਨਾਂ ਨੂੰ ਬੱਚਿਆਂ ਨੂੰ ਮਿਲੋ। ਜਦੋਂ ਵੀ ਪਟਿਆਲੇ ਆਉਂਦੇ ਹੋ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਤੁਹਾਡਾ ਚੈਨਲ ਮੈਂ ਕਈ ਵਾਰੀ ਸੁਣਿਆ ਉੱਥੇ ਜਾ ਕੇ ਵੀ, ਅਤੇ ਉਹ ਸੁਣਿਆ ਜਾਂਦਾ, ਅਤੇ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਇੱਥੇ ਆ ਕੇ ਜੋ ਜੋ ਵੀ ਸੇਵਾ ਲੋੜੀਂਦੀਆਂ, ਕਿਉਂਕਿ ਕੋਈ ਵੀ ਕੰਮ ਹੈ ਜਿਹੜਾ ਉਹ ਧਨ ਤੋਂ ਬਿਨਾਂ ਉਹ ਮਾਇਆ ਤੋਂ ਬਿਨਾਂ ਨਹੀਂ ਹੁੰਦਾ। ਸੋ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਯਤਨ ਕਰਨਾ, ਇਹਨਾਂ ਬੱਚਿਆਂ ਦੀ ਸੇਵਾ ਜ਼ਰੂਰ ਕਰਿਆ ਕਰੋ। ਇਹ ਤੁਹਾਡੇ ਬੱਚੇ ਨੇ, ਮੇਰੇ ਨਹੀਂ ਜਾਂ ਜੋਗਿੰਦਰ ਸਿੰਘ ਦੇ ਨਹੀਂ ਜਾਂ ਕਿਸੇ ਵੀ ਸਾਡੇ ਟਰੱਸਟ ਦੇ ਮੈਂਬਰ ਦੇ ਨਹੀਂ, ਇਹ ਬੱਚੇ ਤੁਹਾਡੇ ਨੇ, ਤੁਸੀਂ ਇਹਨਾਂ ਦੀ ਸੰਭਾਲ ਕਰਨੀ ਹੈ। ਅਤੇ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਯਤਨ ਕਰੋ ਕਿ ਇਹ ਬੱਚਿਆਂ ਨੂੰ ਆ ਕੇ ਮਿਲਿਆ ਕਰੋ ਔਰ ਸੁਝਾਅ ਦਿਆ ਕਰੋ ਕਿ ਆਹ ਆਹ ਕੰਮ ਹੋਣਾ ਚਾਹੀਦਾ। ਅਤੇ ਇਸ ਵਾਸਤੇ ਤੁਹਾਡੇ ਮਾਧਿਅਮ ਰਾਹੀਂ ਮੇਰੀ ਇਹ ਬੇਨਤੀ ਹੈ, ਅਤੇ ਫਿਰ ਆਪਾਂ ਨਾਲ ਨਾਲ ਇਸੇ ਤਰ੍ਹਾਂ ਗੱਲਬਾਤ ਚੱਲਦੀ ਰਹੇ। ਕਿੰਨੇ ਕੁ ਬੱਚੇ ਜਿਹੜੇ ਤਿਆਰ ਕਰ ਚੁੱਕੇ ਹੋਣ ਤੱਕ, ਕੋਈ ਅਜਿਹਾ ਬੱਚਾ ਜਿਹੜਾ ਵੀ ਆ ਪ੍ਰੋਪਰ ਤਿਆਰ ਹੋ ਚੁੱਕਿਆ ਹੋਵੇ ਸੰਗੀਤ ਦੇ ਵਿੱਚ, ਵਧੀਆ ਸ਼ਬਦ ਬੋਲਦਾ ਹੋਵੇ, ਸੰਗਤਾਂ ਜਿਹੜੀਆਂ ਉਹਨਾਂ ਨੂੰ ਪਿਆਰ ਕਰਦੀਆਂ ਹੋਣ, ਕਿੰਨੇ ਕੁ ਬੱਚਿਆਂ ਨੂੰ ਤਿਆਰ ਕਰ ਚੁੱਕੇ ਹੋਣ? ਤਕਰੀਬਨ 27-28 ਬੱਚੇ ਤਾਂ ਗਏ ਚਲੇ ਗਏ ਨੇ ਸਾਡੇ ਸਿੱਖ ਕੇ, ਹੈ ਨਾ। ਤੇ ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਈ ਡਿਊਟੀ ਸਾਹਿਬਾਨ ਹੁੰਦੀ ਹੈ ਜਾਂ ਫਿਰ ਕੀ ਪ੍ਰੋਸੈਸ ਹੁੰਦਾ? ਬੱਚਿਆਂ ਦਾ ਫਿਲਹਾਲ ਸਾਨੂੰ ਸਮਾਂ ਨਹੀਂ ਮਿਲ ਰਿਹਾ ਜੀ, ਇਹ ਗੁਰੂ ਘਰ ਸਾਡੇ ਨਾਲ ਹੈ। ਹਾਂਜੀ, ਇੱਥੇ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਬੱਚਿਆਂ ਨੂੰ ਸ਼ਾਮ ਨੂੰ ਸਮਾਂ ਦਿਆ ਕਰੋ, ਬਈ ਇੱਕ ਜਥਾ ਰੋਜ਼ ਕੀਰਤਨ ਕਰ ਲਿਆ ਕਰੇ, ਪਰ ਇਹਨਾਂ ਦੇ ਆਪਣੇ ਕੋਈ ਪ੍ਰੋਬਲਮਾਂ ਕਰਕੇ ਨਹੀਂ ਹੋ ਸਕਿਆ। ਅਤੇ ਹੁਣ ਕਈ ਵਾਰੀ ਨਵੀਨ ਸਿੰਘ ਸਭਾ ਵਿਖੇ ਵੀ ਹਾਜ਼ਰੀ ਭਰਦੇ ਨੇ ਬੱਚੇ, ਅਤੇ ਇਸੇ ਤਰ੍ਹਾਂ ਵੱਖ ਵੱਖ ਜਗ੍ਹਾ 'ਤੇ ਜਿੱਥੇ ਵੀ ਲੋੜ ਪੈਂਦੀ ਹੈ ਇਹ ਬੱਚਿਆਂ ਨੂੰ ਭੇਜਦੇ ਹਾਂ ਜੀ। ਠੀਕ ਹੈ ਸਿੰਘ ਸਾਹਿਬ, ਧੰਨਵਾਦ ਤੁਹਾਡਾ ਬਹੁਤ ਬਹੁਤ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਕਰਾਂਗਾ ਭਾਈ ਅਮਰਜੀਤ ਸਿੰਘ ਜੀ ਔਰ ਚੜ੍ਹਦੀ ਕਲਾ ਟੀਵੀ ਦਾ, ਜਿਨ੍ਹਾਂ ਨੇ ਅੱਜ ਇਹ ਟਾਈਮ ਕੱਢਿਆ। ਵੈਸੇ ਟਾਈਮ ਮੇਰੇ ਕੋਲ ਵੀ ਘੱਟ ਹੀ ਆਉਂਦਾ, ਪਰ ਅੱਜ ਦਰਦੀ ਸਾਹਿਬ ਦਾ ਇਸੇ ਕਰਕੇ ਕੌਲ ਆਈ ਸੀ, ਅਤੇ ਬਹੁਤ ਬਹੁਤ ਧੰਨਵਾਦ ਹੈ ਆਪ ਸਾਰਿਆਂ ਦਾ। ਇਸੇ ਤਰ੍ਹਾਂ ਸਤਿਗੁਰੂ ਚੜ੍ਹਦੀ ਕਲਾ ਆਪ ਸਾਰਿਆਂ ਨੂੰ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇਹ ਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪਣੀ ਜੀਵਨੀ ਤੋਂ ਉੱਪਰ ਮੀਡੀਆ ਗੱਲਬਾਤ ਕੀਤੀ ਹੈ, ਅਤੇ ਨਾਲ ਹੀ ਹੋਰ ਰਾਗੀ ਸਿੰਘਾਂ ਦੀ ਗੱਲਬਾਤ ਕੀਤੀ ਹੈ, ਅਤੇ ਨਾਲ ਹੀ ਜਿਹੜੀ ਉਹਨਾਂ ਵੱਲੋਂ ਅਕੈਡਮੀ ਚੱਲ ਰਹੀ ਹੈ, ਕੀ ਪ੍ਰੋਸੈਸ ਹੈ। ਸੋ ਸੰਗਤਾਂ ਨੂੰ ਅਸੀਂ ਖਾਸ ਤੌਰ 'ਤੇ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਵੀ ਜਿਹੜਾ ਇਸ ਅਕੈਡਮੀ ਦੇ ਵਿੱਚ ਆਓ,
जेकर तुसी अपना सहयोग देना क्योंकि बाकी ये तुहाडे बच्चे ने ये बाकी लोड़वंद ने। मैं लोड़वंद इस करके कह रहा क्योंकि तुसी इन्हां दी बाह फड़नी है। जेकर तुसी बाह फड़ोगे तो आने वाले समय के लिए चंगे जिहड़े रागी ते प्रचारक बन सकणगे। मैनू ते मेरे सहयोगी दी इजाजत, धन्नवाद। सब्सक्राइब करो चढ़दी कला टाइम टीवी नूं अते लेटेस्ट अपडेट पाउण दे लई प्रेस करो बैल आइकन नूं। गुरबाणी न्यूज म्यूजिक एंटरटेनमेंट शो जां किसे तरह दा कोई भी कंटेंट वेखण दे लई प्ले स्टोर तों हुणे डाउनलोड करो चढ़दी कला मीडिया नेटवर्क ऐप। फॉर ऑल योर इमिग्रेशन फैमिली लॉ नीड्स Call or scan QR code to contact us. Rodis Inc. Million Miles with Smile or scan QR code to contact us. Flangbird Truck Repair, trust we build in truck repair or scan QR code to contact us. The Masala Twist Oxnard Fine Authentic Indian Cuisine or scan QR code to contact us. Pizza Twist Taste with Twist, order today, call or visit website or scan QR code to contact us. New India Market or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Bila Market, scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.